नाजरीन अब चलते हैं उस आशिक मजनू की जानिब जो के 3 बच्चों का बाप है और अपनी महबूबा जो 4 बच्चों की माँ है उसके कहने पर उसी के शौहर को सर में गोली मारकर मौत के घाट उतार दिया। उसने ये सब कुछ किस तरह से किया, उसकी मोहब्बत शुरू कहाँ से हुई और उसका अंजाम क्या होगा, ये उसी की जुबानी जानते हैं। की ना है वकार वकार इधर मेरे अल देखना है। हां जी मेरे अल देखना है। किधर दा रहने वाला है? जिला रहीम यार खान। जिला रहीम यार खान दा शादीशुदा है? हां जी। कितने बच्चे? 3। अच्छा बीवी भी गई है? हां जी। ओथे ही रहंदे? हां जी। रहीम यार खान? हां जी। ओथे इत्थे की करन आया सी? कदों आया सी? इत्थे मैं काम करदा सी 2010 दे विच आया मैं। 2010 तो इत्थे ही है बेगम कोट ही रहंदा? हां जी। अच्छा 2010 तो ठीक है। फिर इत्थे कंज आया? इतने आकब दर्जी को लाया सी मैं। दर्जी अच्छा, आकब दर्जी कौन है? मामू का बेटा है? नहीं वो मेरे बड़े भाई का साला है। अच्छा बड़े भाई का साला रिश्तेदार है, ठीक है। आप कब को आया? उन्होंने की किया आके कि मैंने नौकरी दबा दे कोई? नहीं मेरा उदा आन जान सी। अच्छा मैं... दोस्ती सी उदे? हाँ जी। ते उन्होंने मैं कहता जी कहता चलो मेरी दुकान पर आ जा इतने काम करने कट्ठे। अच्छा उत्थे कट्ठे काम करते। तेन काम आंदा कोई? हाँ जी दर्जियाँ का। ਕਿਹੜੇ ਦਰਜੀ? ਲੇਡੀਜ਼ ਜੈਂਟਸ? ਜੈਂਟਸ ਜੈਂਟਸ ਦਾ ਦਰਜੀ, ਠੀਕ ਹੈ। ਮੇਰੇ ਹੱਲ ਵੇਖਣਾ? ਹਾਂਜੀ ਠੀਕ ਹੈ। ਫਿਰ ਆਕਬ ਦਰਜੀ ਕੋ ਆ ਗਿਆ? ਉੱਥੋਂ ਫਿਰ ਉਹਨੇ ਬੈਠਕ ਲੈ ਕੇ ਦਿੱਤੀ ਸੀ ਮੈਨੂੰ ਕਿਰਾਏ 'ਤੇ। ਕਿਹਦੇ ਕੋਲੋਂ ਬੈਠਕ ਲੈ ਕੇ? ਵਾਰਸ ਕੋਲੋਂ। ਵਾਰਸ ਕੋਲੋਂ? ਵਾਰਸ ਉਹਦਾ ਵਾਕਫ ਸੀ? ਹਾਂਜੀ ਉਹਦੇ ਨਾਲ ਉਹਦਾ ਆਣ ਜਾਣ ਵੀ ਸੀ। ਆਣ ਜਾਣ ਵੀ ਸੀ, ਠੀਕ ਹੈ। ਉਹਨੇ ਤੁਹਾਨੂੰ ਬੈਠਕ ਲੈ ਦਿੱਤੀ ਕਦੋਂ? 4 ਮਹੀਨੇ ਪਹਿਲੇ। 4 ਮਹੀਨੇ ਪਹਿਲੇ? ਹਾਂਜੀ ਸਹੀ ਹੈ। ਫਿਰ ਉੱਥੇ ਮੈਂ ਕਿਰਾਏ 'ਤੇ ਰਹਿਣ ਲੱਗ ਪਿਆ ਉਹਨਾਂ ਕੋਲ। ਠੀਕ ਹੈ। ਉਸ ਤੋਂ ਬਾਅਦ ਉਹਦੀ ਬੀਵੀ ਆਉਂਦੀ ਸੀ ਕਿਰਾਇਆ ਲੈਣ ਵਾਸਤੇ, ਉਹ ਮੇਰੇ ਕੋਲ ਨੰਬਰ ਵੀ ਲੈ ਕੇ ਗਈ ਅਤੇ ਫਿਰ ਸਾਡੀ ਇੱਕ ਨੰਬਰ ਕਹਿੰਦੇ ਲੈ ਗਈ ਤੇਰੇ ਕੋਲੋਂ? ਮੇਰੇ ਕੋਲ ਨੰਬਰ ਲੈ ਗਈ, ਮੈਨੂੰ ਕਹਿੰਦੀ ਨੰਬਰ ਦੇ। ਫਿਰ ਉਹਨੇ ਜਾ ਕੇ ਕਾਲ ਕੀਤੀ ਮੈਨੂੰ, ਫਿਰ ਮੈਂ ਉਹਨੂੰ ਕਾਲ ਕਰਦਾ ਰਿਹਾ। ਕਾਲ ਕਰਕੇ ਕੀ ਕਹਿੰਦੀ? ਸਾਡੀ ਗੱਲਬਾਤ ਹੋਣ ਲੱਗ ਪਈ ਸੀ, ਗੱਲਾਂ ਕਰਦੀ ਹੁੰਦੀ ਸੀ ਮੇਰੇ ਨਾਲ ਫੋਨ 'ਤੇ। ਫਿਰ ਕੀ ਪਹਿਲੀ ਵਾਰੀ ਗੱਲ ਕੀ ਹੋਈ ਔਰ ਨੰਬਰ ਕਹਿੰਦੇ ਲੈ ਕੇ ਚਲੀ ਗਈ? ਕੋਈ ਉਹ ਤੋਂ ਪਹਿਲੇ ਮਤਲਬ ਆਮਨੇ ਸਾਹਮਣੇ ਕੋਈ ਦੋਸਤੀ ਮੁਹੱਬਤ ਨਹੀਂ? ਸਾਹਮਣੇ ਕੀਤਾ? ਸਾਹਮਣੇ ਸਾਹਮਣੇ ਕੰਮ ਕਰਦੀ, ਸਾਹਮਣੇ ਵਾਲੇ ਘਰ 'ਚ। ਕੀ ਕੰਮ ਕਰਦੀ? ਉਹਨਾਂ ਦੇ ਘਰ ਕੰਮ ਕਰਨ ਜਾਂਦੀ ਸੀ ਉਹ। ਠੀਕ ਹੈ। ਕੀ ਨਾਂ ਹੈ? ਮਦੀਹਾ। ਅੱਛਾ ਕਿੰਨੇ ਬੱਚੇ ਸੀ ਉਹਦੇ? ਉਹਦੇ 4 ਹੈਗੇ। 4 ਬੱਚੇ? ਹਾਂਜੀ ਸਹੀ ਹੈ। ਫਿਰ ਉੱਥੇ ਫਿਰ ਇਸ਼ਾਰੇ ਸ਼ੁਰੂ ਕਰਦੀ ਸੀ? ਅੱਛਾ ਇਸ਼ਾਰਿਆਂ ਤੋਂ ਸ਼ੁਰੂ ਹੋਈ ਮੁਹੱਬਤ। ਹਾਂਜੀ। ਤੂੰ ਕਿੱਥੇ ਖਲੋ ਜਾਂਦਾ ਸੀ? ਬੈਠਕ 'ਚੋਂ ਬਾਹਰ? ਬੈਠਕ ਦੇ ਵਿੱਚ। ਵਿੱਚ ਹੀ ਖਲੋ ਜਾਂਦਾ ਸੀ? ਹਾਂਜੀ। ਬੈਠਕ ਦੇ ਵਿੱਚ ਦਰਵਾਜ਼ਾ ਸੀ, ਖਿੜਕੀ ਸੀ, ਕੀ ਸੀ? ਬਾਹਰ ਵਾਲੀ ਸਾਈਡ ਦਰਵਾਜ਼ਾ ਸੀ ਉਹਦਾ। ਅੱਛਾ ਦਰਵਾਜ਼ਾ ਖੋਲ੍ਹ ਕੇ ਅਤੇ ਉਹ ਸਾਹਮਣੇ ਚਲੀ ਜਾਂਦੀ ਸੀ? ਹਾਂਜੀ। ਫਿਰ ਇਸ਼ਾਰੇ ਹੁੰਦੇ ਸੀ? ਫਿਰ ਇਸ਼ਾਰੇ ਹੁੰਦੇ ਸੀ ਉੱਥੇ। ਕੀ ਇਸ਼ਾਰੇ ਕਰਦਾ ਸੀ ਤੂੰ? ਇਸ਼ਾਰੇ ਕਰਦੀ ਸੀਗੀ ਮੈਨੂੰ, ਕਹਿੰਦੀ ਸੀ ਮੋਬਾਈਲ ਦੇ ਮੈਨੂੰ। ਅੱਛਾ। ਫਿਰ ਮੈਂ ਮੋਬਾਈਲ ਦਿੱਤਾ ਉਹਨੂੰ। ਲੈ ਕੇ ਦਿੱਤਾ? ਕਿਹੜਾ ਮੋਬਾਈਲ ਲੈ ਕੇ ਦਿੱਤਾ? ਬਟਨਾ ਵਾਲਾ। ਕਦੋਂ? 2 ਮਹੀਨੇ ਪਹਿਲੇ ਲੈ ਕੇ ਦਿੱਤਾ ਸੀ ਮੈਂ। 2 ਮਹੀਨੇ ਪਹਿਲੇ? ਫਿਰ ਉਹਨੂੰ ਮੋਬਾਈਲ ਲੈ ਕੇ ਦਿੱਤਾ, ਠੀਕ ਹੈ। ਫਿਰ ਸਾਡੀ ਫੋਨ 'ਤੇ ਗੱਲ ਹੋਣ ਲੱਗ ਪਈ। ਪਹਿਲਾ ਗਿਫਟ ਸੀ ਤੇਰੀ ਮੁਹੱਬਤ ਦਾ? ਹਾਂਜੀ ਮੋਬਾਈਲ। ਹਾਂਜੀ ਠੀਕ ਹੈ। ਫਿਰ ਕੀ ਗੱਲ ਹੁੰਦੀ ਸੀ? ਫਿਰ ਫੋਨ 'ਤੇ ਗੱਲ ਹੁੰਦੀ ਸੀ ਸਾਡੀ। ਕੀ ਗੱਪ ਸ਼ੱਪ ਲਾਉਂਦੀ ਸੀ ਮੇਰੇ ਨਾਲ? ਕੀ ਗੱਪ ਸ਼ੱਪ ਲਾਉਂਦੇ ਸੀ ਉਹ ਤਾਂ ਸੁਣਾ। ਇਹ ਪਿਆਰ ਦੀਆਂ ਗੱਲਾਂ ਕਰਦੀ ਹੁੰਦੀ ਸੀ। ਅੱਛਾ ਪਿਆਰ ਦੀਆਂ ਗੱਲਾਂ ਕਰਦੇ ਸੀ, ਮੁਹੱਬਤ ਸ਼ਿੱਦਤ ਇਖਤਿਆਰ ਕਰਦੀ ਚਲੀ ਜਾ ਰਹੀ ਸੀ। ਹਾਂਜੀ। ਅੱਛਾ ਫਿਰ ਉਸ ਤੋਂ ਬਾਅਦ ਮੇਰਾ ਇਹਦਾ ਆਣ ਜਾਣ ਹੋ ਗਿਆ। ਘਰ ਚਲਾ ਜਾਂਦਾ ਸੀ ਤੂੰ ਇਹਦੇ? ਉਹ ਮੇਰੇ ਕੋਲ ਆਉਂਦੀ ਸੀ, ਮੈਂ ਨਹੀਂ ਸੀ ਜਾਂਦਾ। ਉਹ ਇੱਕੋ ਹੀ ਘਰ 'ਚ ਜੁ ਰਹਿੰਦੇ ਸੀ, ਉਹਦੀ ਬੈਠਕ ਹੀ ਸੀ। ਹਾਂਜੀ ਠੀਕ ਹੈ। ਉੱਥੇ ਆ ਜਾਂਦੀ ਸੀ? ਉੱਥੇ ਆ ਜਾਂਦੀ ਸੀ ਫਿਰ। ਫਿਰ ਅਸੀਂ ਮਿਲਦੇ ਵੀ ਆਏ ਸੀ ਉੱਥੇ। ਅੱਛਾ ਠੀਕ ਹੈ, ਮਿਲਦੇ ਸੀ। ਹਾਂਜੀ। ਫਿਰ ਫਿਰ ਇਹਨੇ ਮੈਨੂੰ ਕਿਹਾ ਵਾਰਸ ਦੇ ਬਾਰੇ, ਮੇਰੇ ਨਾਲ ਲੜਦਾ ਝਗੜਦਾ ਹੈ। ਇਹ ਕਦੋਂ ਕਿਹਾ ਪਹਿਲੀ ਵਾਰੀ? ਇਹ ਉਹਨੇ ਮੈਨੂੰ 2 ਮਹੀਨੇ ਪਹਿਲੇ ਕਿਹਾ ਸੀ। ਅੱਛਾ। ਪਹਿਲੀ ਦਫ਼ਾ ਜਦੋਂ ਕਿਰਾਇਆ ਲੈਣ ਆਈ ਉਹਦਾ ਨੰਬਰ ਵੀ ਮੇਰੇ ਕੋਲ ਲਿਆ ਇਹਨੇ ਅਤੇ ਫੋਨ 'ਤੇ ਫਿਰ ਮੈਨੂੰ ਇਹਨੇ ਸਾਰੀ ਗੱਲ ਦੱਸੀ ਸੀ ਇੰਜ ਇੰਜ ਕਰਦਾ ਮੇਰੇ ਨਾਲ। ਅਤੇ ਇਸ਼ਾਰੇ ਉਹਦੇ ਤੋਂ ਪਹਿਲੇ ਹੁੰਦੇ ਸੀ? ਹਾਂਜੀ। ਅੱਛਾ ਇਸ਼ਾਰੇ ਪਹਿਲੇ ਹੁੰਦੇ ਸੀ? ਹਾਂਜੀ ਠੀਕ ਹੈ। ਮੁਹੱਬਤ ਇਸ਼ਾਰਿਆਂ ਤੋਂ ਸ਼ੁਰੂ ਹੋਈ? ਹਾਂਜੀ ਠੀਕ ਹੈ। ਫਿਰ ਕੀ ਕਹਿੰਦੀ ਵਾਰਸ? ਵਾਰਸ ਮੇਰੇ ਨਾਲ ਲੜਦਾ ਝਗੜਦਾ। ਕਿਉਂ? ਤੂੰ ਪੁੱਛਿਆ ਨਹੀਂ ਕੀ ਵਜ੍ਹਾ? ਨਹੀਂ ਕਹਿੰਦੀ ਸੀ ਬੱਚਿਆਂ ਨੂੰ ਮਾਰਦਾ, ਮੈਨੂੰ ਵੀ ਮਾਰਦਾ। ਕੀ ਕਰਦਾ ਸੀ ਵਾਰਸ? ਕਹਿੰਦੀ ਸੀ ਪਾਗਲ ਹੋਇਆ ਹੈ। ਪਾਗਲ ਹੋ ਗਿਆ? ਹਾਂਜੀ ਕਹਿੰਦੇ ਹੋ ਗਿਆ ਪਾਗਲ। ਪਤਾ ਨਹੀਂ ਪਹਿਲੇ ਪਾਗਲ ਵੀ ਰਿਹਾ ਸੀ, ਹਸਪਤਾਲ ਦਾਖਲ ਵੀ ਰਿਹਾ। ਅੱਛਾ ਅਤੇ ਫਿਰ ਤੈਨੂੰ ਕਹਿੰਦੀ ਹੁੰਦੀ? ਹਾਂਜੀ। ਅਤੇ ਤੂੰ ਕੀ ਕਹਿੰਦਾ ਸੀ ਅੱਗੋਂ? ਮੈਂ ਉਹਨੂੰ ਕੁਛ ਨਹੀਂ ਕਹਿੰਦੀ, ਮੈਂ ਕਹਿੰਦੀ ਗੁਜ਼ਾਰਾ ਕਰ ਤੂੰ ਉਹਦੇ ਨਾਲ। ਕਹਿੰਦੀ ਸੀ ਨਹੀਂ। ਅਤੇ ਫਿਰ ਮੈਨੂੰ ਉਹਨੇ ਕਿਹਾ ਵੀ ਇਹਨੂੰ ਮਾਰ ਦੇ ਤੂੰ। ਮੈਂ ਕਿਹਾ ਨਹੀਂ ਮੈਂ ਨਹੀਂ ਮਾਰਨਾ। ਕਹਿੰਦੀ ਮੈਂ ਤੈਨੂੰ ਫਸਾ ਦਾਂਗੀ ਫਿਰ।
ਮੈਂ ਕਿਹਾ ਨਹੀਂ ਮਾਰਨਾ। ਕਸਾ ਕੀ ਕਿੰਜ ਦੇਗੀ ਤੂੰ ਮਾਰੇਂਗੇ ਨਹੀਂ ਤੇ ਕਸਾ ਕਹਿੰਦੇ। ਕਹਿੰਦੀ ਮੈਂ ਤੇਰੇ ਤੇ ਇਲਜ਼ਾਮ ਲਾ ਦਾਂ, ਮੈਨੂੰ ਮਿਲੀ ਸੀ ਨਾ। ਫਿਰ ਕਹਿੰਦੀ ਸੀ ਮੈਂ ਤੇਰੇ ਤੇ ਇਲਜ਼ਾਮ ਲਾ ਦੇਣਾ, ਤੈਨੂੰ ਮੈਂ ਫੜਾ ਦਾਂਗੀ। ਅੱਛਾ। ਤੇ ਫਿਰ ਉਦੋਂ ਫਿਰ ਮੈਂ ਉਹਨੂੰ ਕਿਹਾ ਚੱਲ ਠੀਕ ਆ ਮੈਂ ਮਾਰ ਦਿੰਦਾ ਇਹਨੂੰ। ਅੱਛਾ। ਹਾਂਜੀ। ਤੂੰ ਡਰ ਗਿਆ? ਹਾਂਜੀ। ਕਿ ਮੇਰੇ ਤੇ ਇਲਜ਼ਾਮ ਲਾ ਦੇਗੀ? ਹਾਂਜੀ। ਅੱਛਾ, ਉਹ ਇਲਜ਼ਾਮ ਲੱਗ ਜਾਣਾ ਸੀ, ਗਲਤ ਪਰਚਾ ਹੋ ਜਾਣਾ ਸੀ ਉਹਦੇ ਤੋਂ, ਤੂੰ ਬਾਹਰ ਵੀ ਆ ਜਾਣਾ ਸੀ, ਤੂੰ ਵੱਡਾ ਕੰਮ ਕਰਨ ਦੀ ਸੋਚ ਲਈ ਹੈ। ਐਡਾ ਮਾਸੂਮ ਆਦਮੀ ਹੈ। ਕਿੰਨੀ ਉਮਰ ਹੈ ਤੇਰੀ? 34 ਸਾਲ। ਕਿੰਨੇ ਬੱਚੇ ਦੱਸੇ ਸੀ? ਤਿੰਨ। ਤਿੰਨ ਬੱਚਿਆਂ ਦਾ ਪਿਓ ਹੈ, 34 ਸਾਲ ਉਮਰ ਹੈ ਤੇਰੀ ਹੈ। ਇੱਧਰ ਮੇਰੇ ਵੱਲ ਵੇਖ। ਹਾਂਜੀ। ਤੇ ਡਰ ਗਿਆ? ਹਾਂਜੀ। ਫਿਰ ਸਾਰੀ ਰਾਤ ਨੀਂਦ ਨਹੀਂ ਆਈ ਖੌਫ ਨਾਲ? ਆਈ ਸੀ। ਹੈਂ? ਆਈ ਸੀ। ਆ ਗਈ ਸੀ ਨੀਂਦ, ਆ ਗਈ। ਫਿਰ ਤੂੰ ਕੀ ਕਿਹਾ ਮੈਂ ਮਾਰ ਦਾਂਗਾ? ਹਾਂਜੀ। ਉਹਦੀ ਮੁਹੱਬਤ ਚੋਂ ਕਿਹਾ ਕਿ ਡਰ ਕੇ ਕਿਹਾ? ਮੈਂ ਡਰ ਕੇ ਗਿਆ ਸੀ। ਸੱਚ ਸੱਚ ਬੋਲਣਾ, ਝੂਠ ਨਹੀਂ ਬੋਲਣਾ? ਝੂਠ ਨਹੀਂ ਬੋਲਦਾ ਮੈਂ। ਅੱਛਾ। ਮੈਂ ਡਰ ਕੇ ਗਿਆ ਸੀ। ਮੈਨੂੰ ਪਹਿਲਾਂ ਹੀ ਮਨਾ ਕੀਤਾ ਸੀ, 2-3 ਦਫ਼ਾ ਮਨਾ ਕੀਤਾ, ਮੈਨੂੰ ਕਹਿੰਦੀ ਰਹੀ ਸੀ, ਲੇਕਿਨ ਮੈਂ ਮਨਾ ਕਰਦਾ ਰਿਹਾ। ਫਿਰ ਉਹਨੇ ਮੈਨੂੰ ਮਜਬੂਰ ਕੀਤਾ ਇਸ ਕੰਮ ਲਈ। ਮਜਬੂਰ ਕੀਤਾ? ਹਾਂਜੀ। ਮੁਹੱਬਤ ਜਾ ਰਹੀ ਸੀ, ਉਂਝ ਮਿਲਣ ਆ ਰਹੀ ਸੀ? ਹਾਂਜੀ। ਹੈਂ? ਹਾਂਜੀ। ਮਿਲਣ ਆਉਂਦੀ ਸੀ? ਮਿਲਣ ਆਉਂਦੀ ਸੀ। ਸਹੀ ਹੈ। ਫਿਰ ਤੂੰ ਡਰ ਵੀ ਗਿਆ ਉਸ ਮੁਹੱਬਤ ਤੋਂ? ਹਾਂਜੀ। ਫਿਰ ਮੰਨ ਲਈ ਉਹਦੀ ਗੱਲ? ਹਾਂਜੀ। ਫਿਰ ਮੈਂ ਕੀ ਕਿਹਾ? ਮੈਂ ਉਹਨੂੰ ਕਿਹਾ ਠੀਕ ਹੈ ਮਾਰ ਦਾਂਗਾ ਇਹਨੂੰ। ਮਾਰ ਦਾਂਗਾ। ਪਲੈਨਿੰਗ ਕੀ ਕੀਤੀ ਫਿਰ? ਫਿਰ ਕਹਿੰਦੇ ਉਹਨੇ ਪੈਸੇ ਮੇਰੇ ਕੋਲੋਂ ਹੀ ਮੰਗਦਾ ਸੀ ਵਾਰਸ। ਕਿਹਦੇ ਕੋਲੋਂ? ਮੇਰੇ ਕੋਲੋਂ ਪੈਸੇ ਮੰਗਦਾ ਸੀ, ਕਹਿੰਦਾ ਸੀ ਮੀਟਰ ਲਵਾਉਣਾ, ਪੈਸੇ ਦੇ ਮੈਨੂੰ ਕਿਰਾਇਆ ਐਡਵਾਂਸ। ਕਿੰਨਾ ਕਿਰਾਇਆ ਦਿੰਦਾ ਸੀ ਤੂੰ? 3500 ਰੁਪਈਆ। 3500? ਹਾਂਜੀ। ਅੱਛਾ, ਐਡਵਾਂਸ ਕਿਰਾਇਆ ਦੇ ਕਹਿੰਦਾ? ਹਾਂਜੀ। 15000 ਰੁਪਈਆ ਕਹਿੰਦਾ ਮੈਨੂੰ ਦੇ, ਮੈਂ ਮੀਟਰ ਦੇਣਾ। ਅਤੇ ਮੈਂ ਕਿਹਾ ਚੱਲ ਠੀਕ। ਤੇਰਾ ਮੀਟਰ ਲਵਾਉਣਾ ਸੀ? ਉਤਲਾ ਲੈਦਾ ਲਵਾਉਣਾ ਸੀ, ਥੱਲੇ ਵਾਲਾ ਲੈਦਾ। ਤੇਰਾ ਹੀ ਲਵਾਉਣਾ ਸੀ ਨਾ ਲੈਦਾ? ਅਤੇ ਉਹ ਫਿਰ ਮੈਂ ਉਹਨੂੰ ਕਿਹਾ ਚੱਲ ਠੀਕ ਆ ਲੈ ਲਵੀ। ਮੇਰੇ ਕੋਲ ਹੈ ਨਹੀਂ ਸੀ। ਇਹਨੇ ਮੈਨੂੰ ਕਿਹਾ ਕਹਿੰਦੀ ਨਾ ਆਉਣਗੇ ਤਾਂ ਮੇਰੇ ਕੋਲ ਲੈ ਕੇ ਦੇ ਦੀ, ਉਹਦੇ ਪੈਸੇ ਪਏ ਨੇ, ਉਹਨੂੰ ਮੈਂ ਚੁੱਕ ਕੇ ਦੇ ਦਾਂਗੀ ਤੈਨੂੰ। ਅਤੇ ਬਾਅਦ ਵਿੱਚ ਕਹਿੰਦੀ ਨਹੀਂ ਤੂੰ ਇਸ ਤਰ੍ਹਾਂ ਕਰ, ਇਹਨੂੰ ਬਹਾਨਾ ਲਾ ਕੇ ਅਤੇ ਨਾਲ ਲੈ ਜਾ ਇਹਨੂੰ, ਉੱਥੇ ਇਹਨੂੰ ਮਾਰ ਦੇਵੀ। ਅੱਛਾ। ਹਾਂਜੀ। ਮਤਲਬ ਤੂੰ, ਤੈਨੂੰ ਕੁਛ ਨਹੀਂ ਪਤਾ, ਸ਼ਰੀਫ ਆਦਮੀ ਹੈ ਤੂੰ, ਉਹੀ ਤੈਨੂੰ ਸਭ ਕੁਛ ਦੱਸ ਰਹੀ ਹੈ ਕਿ ਕੀ ਕਰਨਾ। ਤੇਰੀ ਆਪਣਾ ਦਿਮਾਗ ਨਹੀਂ ਕੰਮ ਕਰ ਰਿਹਾ ਸੀ ਕਿ ਕਿਹੜੀ ਕਿੰਜ ਮਾਰਨਾ, ਕਿੰਜ ਨਹੀਂ ਮਾਰਨਾ, ਕਿੰਜ ਲੈ ਕੇ ਜਾਵਾਂਗਾ ਇਹਨੂੰ, ਮੈਂ ਕਿੱਥੇ ਮਾਰਾਂਗਾ, ਉਹੀ ਦੱਸ ਰਹੀ ਸੀ ਸਭ ਕੁਛ? ਉਹਨੇ ਮੈਨੂੰ ਇਹ ਗੱਲ ਕੀਤੀ ਸੀ। ਅੱਛਾ। ਫਿਰ ਉਸ ਤੋਂ ਬਾਅਦ ਇੱਧਰ ਵੇਖ ਮੇਰੇ ਵੱਲ। ਫਿਰ ਉਸ ਤੋਂ ਬਾਅਦ ਫਿਰ ਮੈਨੂੰ ਲੈ ਕੇ ਗਿਆ ਨਾਲ, ਵਾਅਦਾ ਖੜਕਾਇਆ। ਉਹਦੀ ਬੀਵੀ ਨੇ ਉਹਨੂੰ ਭੇਜਿਆ ਵੀ ਜਾ ਥੱਲੇ ਵਕਾਰ ਬੁਲਾ ਰਿਹਾ। ਉਹ ਮੇਰੇ ਨਾਲ ਮੋਟਰਸਾਈਕਲ ਤੇ ਗਿਆ ਫਿਰ। ਅੱਛਾ, ਤੇਰੀ ਮੋਟਰਸਾਈਕਲ ਸੀ? ਮੋਟਰਸਾਈਕਲ ਆਕਬ ਦੀ ਸੀ। ਅੱਛਾ, ਕੀ ਕਿਹਾ ਉਹਨੂੰ, ਕੀ ਬਹਾਨਾ ਕੀ ਲਾਇਆ? ਪੈਸਿਆਂ ਦਾ, ਮੈਂ ਪੈਸੇ ਤੈਨੂੰ ਲੈ ਕੇ ਦੇਣਾ। ਉਹਨੇ ਕਿਹਾ ਚੱਲ ਠੀਕ ਆ ਮੈਨੂੰ ਲੈ ਕੇ ਦੇ। ਸ਼ਾਮ ਨੂੰ ਅਸੀਂ 10 ਵਜੇ ਉੱਥੋਂ ਨਿਕਲੇ ਫਿਰ, ਅਤੇ ਅਟਾਰੀ ਵਾਲੀ ਸਾਈਡ 'ਤੇ ਆਏ ਅਸੀਂ। ਅੱਛਾ। ਇੱਧਰ ਲਿਆ ਕੇ ਫਿਰ ਮੈਂ ਫੈਰ ਮਾਰਿਆ ਉਹਨੂੰ। ਨਹੀਂ, ਤੂੰ ਉਹਨੂੰ ਕਿਹਾ ਇੱਧਰੋਂ ਲੈ ਕੇ ਦਿੰਦਾ? ਹਾਂਜੀ। ਕਿਹਦੇ ਕੋਲੋਂ ਲੈ? ਹੁਣ ਮੈਂ ਕਿਹਾ ਸੀ ਮੇਰਾ ਇੱਧਰ ਵਾਕਫ ਹੈਗਾ ਮੁੰਡਾ ਇੱਕ, ਅਤੇ ਉਹਦੇ ਕੋਲ ਮੈਂ ਲੈ ਕੇ ਦਿੰਦਾ, ਮੈਂ ਲੈਣੇ ਨੇ ਉਹਦੇ ਕੋਲ। ਅਤੇ ਫਿਰ ਉਹਨੂੰ ਮੈਂ ਲਿਆ ਕੇ ਇੱਧਰ ਫੈਰ ਮਾਰਿਆ। ਮੋਟਰਸਾਈਕਲ ਚੱਲ ਰਹੀ ਸੀ ਮੱਠੀ ਮੱਠੀ, ਫਿਰ ਮੈਂ ਫੈਰ ਮਾਰ ਦਿੱਤਾ ਉਹਨੂੰ ਪਿੱਛਾ। ਸਿਰ ਤੇਰੇ ਕੋਲ ਪਿਸਤੌਲ ਸੀ? ਹਾਂਜੀ। ਲੈ ਕੇ ਗਿਆ ਸੀ ਤੂੰ? ਹਾਂਜੀ। ਕਿੱਥੇ ਫੈਰ ਮਾਰਿਆ? ਸਿਰ 'ਚ ਮਾਰਿਆ ਸੀ। ਕਿੱਥੇ? ਪਿੱਛੇ ਇੱਥੇ ਕਰਕੇ? ਹਾਂਜੀ। ਅੱਛਾ, ਗੋਲੀ ਮਾਰੀ? ਹਾਂਜੀ। ਠੀਕ ਹੈ, ਗੋਲੀ ਮਾਰ ਕੇ ਕੀ ਕੀਤਾ? ਫਿਰ ਮੈਂ ਵਾਪਸ ਚਲਾ ਗਿਆ। ਮੋਟਰਸਾਈਕਲ ਡਿੱਗੀ ਨਹੀਂ? ਮੋਟਰਸਾਈਕਲ ਡਿੱਗੀ ਸੀ ਉੱਥੇ। ਤੂੰ ਵੀ ਡਿੱਗਿਆ? ਹਾਂਜੀ, ਮੈਂ ਵੀ ਡਿੱਗਿਆ ਸੀ। ਫਿਰ? ਅਤੇ ਫਿਰ ਮੈਂ ਮੋਟਰਸਾਈਕਲ ਚੁੱਕੀ ਅਤੇ, ਹਾਂਜੀ, ਪਿਸਟਲ ਮੈਂ ਉੱਥੇ ਹੀ ਸੁੱਟ ਦਿੱਤਾ ਫਿਰ।